Z5 ऐप डाउनलोड करो ते देखो पूरे एपिसोड बिल्कुल फ्री। तुहानू याद कर दे तुसी की कर दे जे मैं तुहानू याद कर लेणिया हाडी मुट्ठी च जान च ना ओ मैं भी दिल दिल मर लेणिया तुसी की कर दे जे मैं तुहानू याद कर लेणिया। काम च डिले तुहाडे दोवां विचों कौन करदा है? ए करदे ने ਇਹਨਾਂ ਨੂੰ ਕੋਈ ਵੀ ਕੰਮ ਕਹਿ ਦਈਏ ਇਹਨਾਂ ਨੇ ਸ਼ਾਇਦ ਮੇ ਵੀ ਬਿਜ਼ੀ ਹੁੰਦੇ ਨੇ ਇਹ ਬਿਜ਼ੀ ਹੁੰਦੀ ਮੈਂ ਡਿਲੇ ਕਰਦੀ ਪਰ ਉਹ ਕੰਮ ਹੋ ਜਾਂਦਾ ਆ ਨਹੀਂ ਨਹੀਂ ਪਰ ਇਹ ਕਰਦੇ ਨੇ ਹਰ ਵਾਰੀ ਕਰਦੇ ਨੇ ਨਹੀਂ ਇਹਨਾਂ ਵੀ ਡਿਲੇ ਨਹੀਂ ਹੁੰਦਾ ਬਿਜ਼ੀ ਹੁੰਦੀ ਇਸ ਕਰਕੇ ਡਿਲੇ ਹੁੰਦਾ ਸੀਗਾ ਲੇਕਿਨ ਮੈਂ ਫੇਰ ਵੀ ਪੂਰੇ ਦਿਨ ਚ ਮਤਲਬ ਐਂਡ ਆਫ ਦੀ ਡੇ ਮੈਂ ਕਰ ਹੀ ਦਿੰਦੀ ਹਾਂ ਉਹ ਹਾਂਜੀ ਅਜੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਰ ਹੀ ਦਿੱਤਾ ਸੀ ਮੈਂ ਨਾਲ ਦੇ ਨਾਲ ਕਰ ਦਿੰਦੀ ਹਾਂ ਕਿੰਨੀ ਦੇਰ ਬਾਅਦ ਦੁਪਹਿਰ ਨੂੰ ਸਵੇਰ ਦਾ ਮੈਂ ਕਹਿ ਰਿਹਾ ਕੱਲ ਤੋਂ ਕਹਿ ਰਿਹਾ ਮੈਂ ਨਹੀਂ ਅੱਜ ਦੇ ਤੇ ਸਾਰੇ ਕੰਮ ਮੈਂ ਨਾਲ ਦੇ ਨਾਲ ਹੀ ਕਰਦੀ ਸੀ ਕੱਲ ਦੇ ਕੰਮ ਅੱਜ ਦੁਪਹਿਰ ਨੂੰ ਹੋਏ ਨੇ ਉਹ ਇਸ ਲਈ ਹੋਏ ਸੀਗੇ ਕਿਉਂਕਿ ਅਸੀਂ ਆਊਟ ਆਫ ਸਿਟੀ ਗਏ ਸੀਗੇ ਮੇਰੀ ਸਿਸਟਰ ਇਨ ਲਾਅ ਦੇ ਘਰ ਉਹਨਾਂ ਨੇ ਇਨਵਾਈਟ ਕੀਤਾ ਸੀ ਤੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਕਿੰਨਾ ਕੁਝ ਕਰਨਾ ਪੈਂਦਾ ਹੈ ਬਿਜ਼ੀ ਸੀ ਮੈਂ ਬਹੁਤ ਜ਼ਿਆਦਾ ਜੇ 5 ਮਿੰਟ ਚ ਕੰਮ ਖਤਮ ਹੋਏ ਨਾ ਬਾਰ-ਬਾਰ ਮੈਂ ਰਿਪੀਟ ਕਰੂੰਗਾ ਕਿ ਇਹ ਕੰਮ ਨਹੀਂ ਆ ਤੋ 5 ਮਿੰਟ ਪਤਾ ਕੀ ਹੁੰਦਾ ਮੈਂ ਜਦੋਂ ਬੈਠ ਜਾਂਦੀ ਹਾਂ ਲੈਪਟਾਪ ਤੇ ਮੇਰੇ ਕੋਲ 5 ਮਿੰਟ ਵੀ ਮਤਲਬ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਤੁਸੀਂ ਸਾਈਡ ਨਹੀਂ ਹੋ ਸਕਦੇ ਨਹੀਂ ਹੋ ਸਕਦੀ ਤੇ 5 ਮਿੰਟ ਐਕਚੁਅਲੀ ਉਹ ਕੰਮ ਹੋਣਾ ਨਹੀਂ ਹੁੰਦਾ ਕਹਿਣ ਦੀਆਂ ਗੱਲਾਂ ਹੁੰਦੀਆਂ ਪਰ ਤੁਸੀਂ ਡੇ ਕਰ ਲੈਂਦੇ ਹੋ ਮੰਨੋ ਗੱਲ ਫਿਰ ਕੰਮ ਦਾ ਕਰ ਲੈਂਦੇ ਆ ਫਿਰ ਚੱਕ ਲੈਂਦੇ ਪੰਜ ਦੀ 3 ਵਾਰ ਮਾਰ ਲੈਂਦੇ ਚਲੋ ਚਲੋ 50-50 ਰੱਖ ਲੈਂਦੇ ਗੱਲ ਸਲੋ ਨੈਕਸਟ ਹੈਗਾ ਕਿ ਤੁਹਾਡੇ ਦੋਵਾਂ ਵਿੱਚੋਂ ਸੀਕ੍ਰੀਟਸ ਕੌਣ ਰੱਖ ਲੈਂਦਾ ਹੈ ਮੈਂ ਸੀਕ੍ਰੀਟ ਇਹਨਾਂ ਨੂੰ ਕੋਈ ਵੀ ਗੱਲ ਦੱਸੋ ਨਾ ਉਹ ਨੈਕਸਟ ਬੰਦੇ ਤੱਕ ਪਹੁੰਚ ਨਹੀਂ ਕਿਸੇ ਵੀ ਤਰੀਕੇ ਨਾਲ ਮਤਲਬ ਮੈਨੂੰ ਇਹ ਗੱਲ ਕਹਿਣੀ ਪੈਂਦੀ ਆ ਕਿ ਅੱਗੇ ਨਹੀਂ ਦੱਸਣੀ ਅਗਰ ਮੈਂ ਨਹੀਂ ਕਹੂੰਗੀ ਨਾ ਤੇ ਉਹ ਦੱਸ ਦੇਣੀ ਆ ਹੁਣ ਕਿਸੇ ਨੇ ਗੱਲ ਕੀਤੀ ਆ ਹਨਾ ਹੁਣ ਮੈਨੂੰ ਨਹੀਂ ਨਾ ਪਤਾ ਹੁਣ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਗੱਲ ਕਿਸੇ ਨੇ ਨਹੀਂ ਕਰੀ ਪਰ ਕਈ ਵਾਰ ਕਈ ਗੱਲਾਂ ਹੁੰਦੀਆਂ ਹੁਣ ਕੋਈ ਵੀ ਗੱਲ ਹੁੰਦੀ ਇਹ ਅੰਡਰਸਟੈਂਡਿੰਗ ਹੁੰਦੀ ਆ ਕਿ ਇਹ ਗੱਲ ਨਹੀਂ ਦੱਸਣੀ ਹਸਬੰਡ ਵਾਈਫ ਚ ਰਹਿਣੀ ਚਾਹੀਦੀ ਨਹੀਂ ਪਰ ਜੇ ਇਹ ਐਡ ਕਰ ਦੇਣ ਉਹ ਗੱਲ ਨਾਲ ਕਿ ਇਹ ਗੱਲ ਆਪਾਂ ਨਹੀਂ ਹੁਣ ਮੈਨੂੰ ਨਹੀਂ ਨਾ ਆਈਡੀਆ ਹੈਗਾ ਕਿੰਨੀਆਂ ਗੱਲਾਂ ਦੇ ਆਪਾਂ ਕਰਦੇ ਆ ਮੈਨੂੰ ਇਹ ਹੁੰਦਾ ਕਿ ਜੇ ਕੋਈ ਗੱਲ ਨਹੀਂ ਦੱਸੀ ਤੇ ਐਡ ਕਰ ਦੋ ਕਿ ਯਾਰ ਆ ਗੱਲ ਨਹੀਂ ਦੱਸਣੀ ਆਪਾਂ ਕਿਸੇ ਨੂੰ ਚਲੋ ਜੀ ਚੱਕ ਲਓ ਦਾ ਤੁਹਾਡੇ ਦੋਵਾਂ ਵਿੱਚੋਂ ਤਾਨੇ ਕੌਣ ਮਾਰਦਾ ਹੈ ਜ਼ਿਆਦਾ ਇੱਕ ਦੂਸਰੇ ਨੂੰ ਕਿਹੋ ਜੇ ਇੱਕ ਤਾਂ ਤਾਨਾ ਰੀਸੈਂਟਲੀ ਮਤਲਬ ਜਦੋਂ ਦੀ ਮੈਰਿਜ ਹੋਈ ਬੜਾ ਮਸ਼ਹੂਰ ਹੋਇਆ ਹੈ ਸਾਰੀ ਫੈਮਿਲੀ ਕਿ ਮੈਂ ਵੈਡਿੰਗ 'ਚ ਪਰਫੋਰਮ ਨਹੀਂ ਕੀਤਾ ਸੋਲੋ ਪਰਫੋਰਮ ਕਿਉਂਕਿ ਮੈਨੂੰ ਇਹ ਗਾ ਹੀ ਕਿ ਉਹ ਮੂਮੈਂਟ ਜਿਹੜਾ ਹੈਗਾ ਨਾ ਉਹ ਦੁਬਾਰਾ ਨਹੀਂ ਆ ਸਕਦਾ ਤੇ ਜੇ ਮੈਂ ਇੰਨਾ ਕੁਛ ਕਰ ਰਿਹਾ ਵਾਂ ਕਿਉਂਕਿ ਅੱਜ ਕੱਲ੍ਹ ਚੱਲਦੀ ਵੀ ਇਹ ਚੀਜ਼ਾਂ ਪਈਆਂ ਨਾ ਵੈਡਿੰਗ 'ਚ ਬ੍ਰਾਈਡ ਪਰਫੋਰਮ ਕਰਦੀ ਆ ਗਰੂਮ ਕਰਦਾ ਬਿਲਕੁਲ ਸਹੀ ਬਿਲਕੁਲ ਪਰ ਇੱਕ ਵਾਰੀ ਕਹਿ ਦਿੱਤਾ ਬਾਰ-ਬਾਰ ਉਹ ਚੀਜ਼ ਨੂੰ ਹਰ ਰੋਜ਼ ਤਾਨਾ ਜਦੋਂ ਵੀਡੀਓ ਦੇਖਣੀ ਜਦੋਂ ਕੋਈ ਫੋਟੋ ਵੀ ਆ ਜਾਣੀ ਕੁਝ ਵੀ ਆ ਜਾਣਾ ਤਾਨਾ ਮਾਰਨ ਸਿਰਫ ਇੱਕ ਦਿਨ ਜਾਂ 2 ਦਿਨ ਦੀ ਗੱਲ ਹੀ ਜੇ ਉਹ ਕਰ ਲੈਂਦੇ ਤਾਂ ਇੱਕ ਮੂਮੈਂਟ ਅੱਛਾ ਬਣ ਜਾਣਾ ਹੈ ਕਿਉਂਕਿ ਮੈਂ ਵੀ ਕੀਤਾ ਸੀ ਪਰਫੋਰਮ ਇਹ ਵੀ ਕਰਦੇ ਤੇ ਅੱਛਾ ਰਹਿਣਾ ਸੀ ਉਹ ਚੀਜ਼ ਹਰ ਕਰ ਕਿੰਨੀ ਜ਼ਰੂਰੀ ਹੈ ਵਿਆਹ ਤੇ ਪਰਫੋਰਮੈਂਸ ਕਰਨੀ ਹੈ ਨਾ ਪਰ ਉਹ ਚੀਜ਼ ਦਾ ਤਾਨਾ ਤੇ ਨਹੀਂ ਮਾਰਨਾ ਚਾਹੀਦਾ ਚਲੋ ਇਹਨਾਂ ਥੋੜੇ ਤਾਨੇ ਇੱਕ ਦੇ ਹਿਸਾਬ ਨਾਲ ਤਾਂ ਜਿੰਨਾ ਕਿ ਤਾਨਾ ਮਨ ਕਰੇ ਤਾਨੇ ਤੇ ਹੀ ਮਾਰਦੇ ਆ ਨਾ ਮੈਂ ਜਿੱਤਿਆ ਨਾ ਫਿਰ ਮੈਂ 6 ਮਾਰਨੇ ਹੁਣ Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।